ਆ ਕੇ ਘਰ ਬਹਿ ਕੇ ਫੋਨ ਚਲਾਉਣ, ਇਹ ਬਾਜ਼ਾਰ ਗਿਆ, ਉਹ ਕੋਈ ਗੁਆਂਢੀ ਆਇਆ ਕਹਿੰਦਾ ਤੁਹਾਡੇ ਮੁੰਡੇ ਦੇ ਸੱਟਾਂ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਅਮਨ ਦੀ ਹਸਪਤਾਲ ਲੈ ਕੇ ਗਏ, ਆਓ। ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ, ਫਿਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ, ਉਹ ਸਰ ਨੇ SHO ਸਰ ਨੇ ਚੁੱਕ ਲਿਆ। ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ? ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ। ਮੈਡਮ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀਰੋ ਕੀ ਨਾਮ ਤੇ? ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ? ਅੱਜ ਕੋਈ ਫੋਨ ਆਈ ਇਹਨੂੰ? ਫੇਰ ਤੋਂ ਮੇਰੇ ਨਾਲ ਆ, ਚਾਰ ਤੁਸੀਂ CCTV ਕਢਾਓ, 4 ਵਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਨਕਲੇਵ ਗਏ, ਆਪਣੀ ਜਗ੍ਹਾ ਦੀ ਮਿੰਤੀ ਕਰਾਈ, ਉੱਥੋਂ ਦੀ ਵੀ ਕਢਾਓ। ਹੈਲੋ, ਫੇਰ ਅਸੀਂ ਉੱਥੋਂ ਰਾਹ ਚੋ ਗੜੀ ਬਣਾਉਣੀ ਸੀ, ਦਹੀਂ ਲੈ ਕੇ ਰਾਹ ਚੋ ਮੋਨੀ ਵਾਲੇ ਚੌਂਕੋਂ ਉਹ ਬੰਦਾ ਮਿਲਿਆ, ਉਹਨੂੰ ਬਰਫੀ ਖਲਾਈ, ਵਧਾਈਆਂ ਬਰਫੀ ਖਲਾਈ, ਘਰ ਆਇਆ ਕਹਿੰਦਾ ਮੰਮਾ ਪਾਲਕ ਬੱਚੀ ਪਈ ਆ। ਮੈਂ ਕਿਹਾ ਹਾਂ। ਕਹਿੰਦਾ ਪਕੌੜੇ ਉਹ ਸਭ ਖਾ ਪੀ ਕੇ ਇਹ ਆਪਣਾ ਚਲ ਗਿਆ, ਮੈਂ ਆਪਣਾ ਚਲ ਗਈ। ਫਿਰ ਇਹਨੇ ਅਜੇ ਪਾਈ। ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ? ਮੈਨੂੰ ਕੁਛ ਵੀ ਨਹੀਂ, ਅਸੀਂ ਕਦੀ ਲੜੇ ਨਹੀਂ ਕਿਸੇ ਨਾਲ। ਜਦੋਂ ਮੈਂ ਮੇਰੀ ਕਿਡਨੈਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ? ਹਾਂ, ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਨਾ ਇੱਕ ਫੋਨ ਆਇਆ ਵਾ, ਕਹਿੰਦਾ 1,000 ਰੁਪਇਆ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ, ਆਪਾਂ ਜ਼ਮਾਨਤ ਤੇ ਆਏ ਹੋਏ ਆ। ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3,00,000 ਰੁਪਇਆ ਇਹਨੂੰ 15 ਮਿੰਟਾਂ 'ਚ ਕਰਾ ਦਿੱਤਾ ਸੀ ਰੇਮੈਂਟ, ਉਹ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਵੀ ਸਾਨੂੰ 1,000 ਰੁਪਇਆ ਦੇ ਦੇ, ਅਸੀਂ ਜ਼ਮਾਨਤ ਤੇ ਆਏ ਹਾਂ, ਅਸੀਂ ਨਿਕਲਣਾ ਕਿਤੇ। ਇਹ ਕਹਿੰਦਾ ਫਿਰ ਨਿਕਲਣਾ ਤਾਂ ਨਿਕਲੋ, ਮੇਰੇ ਕੋਲ ਕਿਉਂ ਮੰਗਦੇ ਪਏ? ਤੇ ਇਹ ਉਹ ਕਹਿੰਦੇ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ, ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ 'ਚ। ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਆਹ ਵਾਲਾ QR ਆ, ਇਹਦੇ 'ਤੇ 20,000 ਰੁਪਇਆ ਪਾ ਦੇ। ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ। ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨਹੀਂ ਹੈਗੇ, ਮੇਰੇ ਕੋਲ ਰਿਕਾਰਡਿੰਗ ਹੈਗੀ। ਕਹਿੰਦਾ ਉਹ ਕਹਿੰਦਾ ਕਿ ਘੰਟੇ, ਫਿਰ ਕਹਿੰਦਾ ਘੰਟੇ ਤੱਕ ਫਿਰ ਫੋਨ ਆਇਆ, ਕਹਿੰਦਾ ਨਹੀਂ ਪਾਏ, ਨਹੀਂ ਪਾਏ ਪੈਸੇ, ਕੋਈ ਨਹੀਂ ਤੈਨੂੰ ਆਪੇ ਦੇ। 1,50,000 ਮੋੜ ਦਿੱਤਾ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸਾਨੂੰ ਥਾਣੇ 'ਚ 1,50,000 ਫੇਰ ਮੋੜ ਦਿੱਤੀ। ਇਹ ਕੋਈ ਨਾ ਭੁੱਲ ਗਈ ਡੀ ਡਿਵੀਜ਼ਨ ਦੇ, ਉਹਨਾਂ ਨੇ ਦਵਾਤਾ ਸੀ 3,00,000 ਰੁਪਇਆ ਵਾਪਸ। ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡਾ ਕੱਪੜੇ ਦਾ ਸ਼ੋਰੂਮ। ਕਿੱਥੇ? ਦਰਬਾਰ ਸਾਹਿਬ। ਤੇ ਅੱਜ ਕਿੱਥੇ ਗਿਆ ਸੀ? ਅੱਜ ਅਸੀਂ 4 ਵਜੇ, ਅੱਜ ਦੀ ਡੇਟ 'ਚ ਮੇਰੇ ਕੋਲ ਡਾਕੂਮੈਂਟ ਪਏ ਆ, ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚਹਿਰੀਓਂ। ਕਿਹੜੀ ਜਗ੍ਹਾ ਲੱਗੀ ਆ ਜੀ? ਗਾਰਡਨ ਇਨਕਲੇਵ। ਅੱਛਾ ਜੀ, ਗੋਲਡਨ ਗੇਟ ਦੇ ਕੋਲ। ਅੱਛਾ ਜੀ, ਅੰਦਰ ਗਾਰਡਨ ਇਨਕਲੇਵ 'ਚ ਅੱਜ ਅਸੀਂ ਰਜਿਸਟਰੀ ਕਰਾਈ ਆ 4 ਵਜੇ। ਜੀ ਦੀ ਡੈੱਡ ਬੋਡੀ ਸਾਡੇ ਕੋਲ ਹਸਪੀਟਲ 'ਚ ਮੌਜੂਦ ਆ, ਛੇਤੀ ਜਿਹੜੀਆਂ CCTV ਖੰਗਾਲੇ ਜਾ ਰਹੇ ਟੀਮਾਂ ਲੱਗੀਆਂ, ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਤਲਾਂ ਨੂੰ ਫੜ ਕੇ ਤੇ ਤੁਹਾਨੂੰ ਦੱਸ ਦਿੱਤਾ। ਕਤਲ ਕਿੱਥੇ ਕੀਤਾ ਗਿਆ? ਇਹ ਗੇਟ ਘੀਮਾ ਦੇ ਲੱਗੇ। ਕਿੱਥੇ? ਥਾਣੇ ਦੇ ਬਾਹਰ? ਥਾਣੇ ਦੇ ਲੱਗੇ। ਕਿਹੜੇ ਹਾਲਾਤਾਂ 'ਚ ਤੁਹਾਨੂੰ ਮਿਲਿਆ ਇਹ? ਜ਼ਖਮੀ ਹਾਲਾਤਾਂ 'ਚ ਲਿਆ, ਉਸੇ ਵੇਲੇ ਅਸੀਂ ਥਾਣੇ ਲਏ। ਗੋਲੀਆਂ ਲੱਗੀਆਂ ਸੀ ਇਹਦੇ? ਇਹਦੇ 1 ਗੋਲੀ ਲੱਗੀ ਹੈ ਜੀ। ਲੱਗਦਾ ਨਹੀਂ ਕਿ ਲਾਈਆਂ ਗਈਆਂ ਆ ਕੇ ਲੱਗੇ ਹੁੰਦੇ ਨੇ। ਫਿਲਹਾਲ ਤੇ 1 ਗੋਲੀ ਜਿਹੜੀ ਲੱਗੀ ਹੈ ਜੀ। ਕਹਿਣ ਦਾ ਮਤਲਬ ਕਿੰਨੇ ਗਨ ਫਾਇਰ ਹੋਏ, ਕੁਝ ਆਈਡੀਆ ਹੈ ਜੀ? ਮੈਂ ਇਹ 1 ਗੋਲੀ ਲੱਗੀ ਸੀ, ਚੁੱਕ ਕੇ ਲਿਆ ਹੈ। ਹਾਂਜੀ, ਕੰਗਾਲ ਕੇ ਤੁਹਾਨੂੰ ਦੱਸਿਆ ਜਾਊਗਾ ਜੀ ਬਾਅਦ ਵਿੱਚ। ਹਾਂਜੀ।